ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤਾਂ ਨੂੰ ਜਿਵੇਂ ਕਿ ਗਰਬਾਣੀ ਦਾ ਫਰਮਾਨ ਹੈ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਢਿੱਠਾ ਹੋਏ ਅੱਜ ਦਾ ਸੰਤਨਤਨ ਬੱਬਾ ਦੀਪ ਸਿੰਘ ਜੀ ਦਾ ਦਰ ਕਿੱਡਾ ਵੱਡਾ ਹੈਗਾ ਕਿੱਡਾ ਉੱਚਾ ਤੇ ਸੁੱਚਾ ਹੈਗਾ ਇਸ ਦੀ ਕੁਝ ਕੁ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਦੋਂ ਨਾ ਪਰਮੇਸ਼ਰ ਵਾਹਿਗੁਰੂ ਜੀ ਸਾਨੂੰ ਆਪਣੇ ਦਰ ਘਰ ਬਾਰੇ ਜਦ ਕੋਈ ਦੱਸਦੇ ਆ ਇਹ ਦਰ ਘਰ ਦਾ ਸਾਨੂੰ ਉਦੋਂ ਪਤਾ ਲੱਗਦਾ ਹੈਗਾ ਜਦੋਂ ਕੋਦਨ ਕੋਈ ਨਾ ਕੋਈ ਘਟਨਾ ਕਿਸੇ ਨੇ ਵਾਪਰਦੀ ਆ ਕੋਈ ਨਾ ਕੋਈ ਘਟਨਾ ਕਰਮ ਹੁੰਦਾ ਹੈਗਾ ਜਿਸ ਘਟਨਾ ਕਰਮ ਤੋਂ ਸਾਨੂੰ ਪਤਾ ਲੱਗਦਾ ਕਿ ਬਾਬਾ ਦੀਪ ਸਿੰਘ ਦਾ ਦਰ ਕਿੱਡਾ ਵੱਡਾ ਹੈਗਾ ਅੱਜ ਦੱਸ ਇਸੇ ਹੀ ਪਰਥਾਈ ਇੱਕ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਇੱਕ ਮਾਈ ਬੀਬੀ ਉਹਨੇ ਆਪਣੇ ਜੀਵਨ ਦੀ ਇੱਕ ਘਟਨਾ ਜਿਹੜੀ ਆ ਉਹ ਗੁਰਸਿੱਖਾਂ ਨਾਲ ਸਾਂਝੀ ਕੀਤੀ ਉਹਦੇ ਵਿੱਚ ਉਹ ਦੱਸਦੀ ਸੀ ਕਿ ਉਹ ਹਨ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਜੀ ਦੇ ਉੱਤੇ ਬੜੀ ਸ਼ਰਧਾ ਰੱਖਦੀ ਸੀ ਜਦ ਵੀ ਉਹ ਬੀਬੀ ਕੰਡੀ ਸੀ ਜਦ ਵੀ ਕਦੇ ਮੈਨੂੰ ਮੌਕਾ ਮਿਲਦਾ ਸੀ ਹਨ ਮੈਂ ਬਾਬਾ ਦੀਪ ਸਿੰਘ ਜੀ ਦੇਦਰ ਤੇ ਜਾਂਦੀ ਸੀ ਉੱਥੇ ਆਪਣੀ ਹਾਜ਼ਰੀ ਲਵਾਉਂਦੀ ਸੀ ਸੇਵਾ ਕਰਦੀ ਹੁੰਦੀ ਸੀ ਤੇ ਉਸ ਤੋਂ ਬਾਅਦ ਫਿਰ ਆਪਣੇ ਘਰ ਦਾ ਕੰਮਕਾਰ ਕਰਦੀ ਰਹਿੰਦੀ ਸੀ ਇਸ ਤਰ੍ਹਾਂ ਕਹਿੰਦੀ ਮੇਰੀ ਜਿਹੜੀ ਜ਼ਿੰਦਗੀ ਸੀ ਹਨ ਇਸ ਤਰ੍ਹਾਂ ਗੁਜ਼ਰ ਰਹੀ ਸੀਗੀ ਔਰ ਘਰ ਦੇ ਕਮਾਂਕਾਰਾਂ ਦੇ ਵਿੱਚ ਜ਼ਿਆਦਾ ਕਹਿੰਦੀ ਵਿਜੀ ਹੋਣ ਦੇ ਕਾਰਨ ਮੈਨੂੰ ਸਮਾਂ ਘੱਟ ਮਿਲਦਾ ਸੀਗਾ ਕਿ ਮੈਂ ਬਾਬਾ ਦੀਪ ਸਿੰਘ ਦੇ ਦਰ ਤੇ ਸੇਵਾ ਕਰਾਂ। ਅੰਦਰੋਂ ਮੈਂ ਚਾਹੁੰਦੀ ਸੀ ਕਿ ਜ਼ਿਆਦਾ ਸਮਾਂ ਬਾਬਾ ਜੀ ਦੇ ਦਰ ਤੇ ਜਾ ਕੇ ਸੇਵਾ ਕਰਾਂ ਪਰ ਘਰ ਦੇ ਕੰਮਕਾਰ ਜ਼ਿਆਦਾ ਹੋਣ ਕਰਕੇ ਕਹਿੰਦੀ ਵੀ ਮੈਨੂੰ ਜਿਹੜੀ ਫੁਰਸਤ ਸੀਗੀ ਨਾ ਬੜੀ ਘੱਟ ਮਿਲਦੀ ਸੀ। ਇਸ ਤਰ੍ਹਾਂ ਕਰਦੇ ਕਰਦੇ ਕਹਿੰਦੀ ਬੀਬੀ ਕਿ ਇੱਕ ਵਾਰੀ ਕੀ ਸਮਾਂ ਆਇਆ ਕਿ ਇੱਕ ਵਾਰ ਜਦੋਂ ਮੈਂ ਹਨਾ ਘਰ ਦੇ ਵਿੱਚ ਰੋਟੀ ਖਾ ਰਹੀ ਸੀ। ਅਚਨਚਿਤ ਰੋਟੀ ਖਾਂਦੇ ਖਾਂਦੇ ਹਨਾ ਕਹਿੰਦੀ ਮੇਰੀ ਸਾਹ ਜਹ ਹਨਾ ਰੁਕਣ ਲੱਗ ਪਿਆ। ਜਦ ਸਾਹ ਰੁਕਣ ਲੱਗ ਪਿਆ ਕਿੰਨੀ ਵੀ ਪਰੇਸ਼ਾਨੀ ਜਦ ਮੈਨੂੰ ਹੋਈ ਮੈਂ ਕਿਹਾ ਵੀ ਰੋਟੀ ਖਾਂਦੇ ਮੇਰਾ ਸਾਹ ਕਾਤੇ ਬੰਦ ਹੋਣ ਲੱਗ ਪਿਆ ਕਹਿੰਦੀ ਮੇਰਾ ਲੜਕਾ ਸੋਗਾ ਮੈਂ ਉਹਨੂੰ ਆਵਾਜ਼ ਮਾਰੀ ਮੈਂ ਕਿਹਾ ਵੀ ਪਤਾ ਨਹੀਂ ਕੀ ਗੱਲ ਹੋਈ ਐ ਮੈਂ ਰੋਟੀ ਖਾਂਦੀ ਖਾਂਦੀ ਮੇਰਾ ਸਾਹ ਜਿਹੜਾ ਹੈਗਾ ਰੁਕਣ ਲੱਗ ਪਿਆ ਹੈਗਾ ਜਦ ਇਨੀ ਗੱਲ ਹੋਈ ਕਿੰਨੀ ਸਾਰਾ ਪਰਿਵਾਰ ਘਬਰਾ ਗਿਆ ਖੈਰ ਕਹਿੰਦੀ ਵੀ ਸਾਹ ਓਖਾ ਹੋਣ ਕਰਕੇ ਮੈਨੂੰ ਫਟਫਟ ਜਿਹੜਾ ਸੀਗੇ ਕਹਿੰਦੇ ਘਰ ਦੇ ਹਸਪੀਟਲ ਲੈ ਗਏ ਜਦ ਹਸਪੀਟਲ ਗਏ ਕਹਿੰਦੇ ਉੱਥੇ ਡਾਕਟਰਾਂ ਨੇ ਹਨਾ ਮੇਰਾ ਚੈੱਕਅਪ ਕੀਤਾ ਚੈੱਕਅਪ ਕਰਨ ਤੋਂ ਬਾਅਦ ਜਦ ਮੇਰੀ ਰਿਪੋਰਟਾਂ ਦੇਖੀਆਂ ਰਿਪੋਰਟਾਂ ਦੇਖਣ ਤੋਂ ਬਾਅਦ ਕਹਿੰਦੀ ਡਾਕਟਰ ਮੈਨੂੰ ਕਹਿਣ ਲੱਗੇ ਕਿ ਇਸ ਤਰ੍ਹਾਂ ਕਰੋ ਤੁਸੀਂ ਹਨਾ ਦੂਸਰੇ ਆ ਇੱਕ ਵੱਡਾ ਹਸਪੀਟਲ ਇੱਥੇ ਚਲੇ ਜਾ ਉੱਥੇ ਜਾ ਕੇ ਤੁਸੀਂ ਚੈੱਕਅਪ ਕਰੋ ਸ਼ਾਇਦ ਕਹਿੰਦੀ ਵੀ ਮੈਂ ਮਨਚ ਸੋਚਿਆ ਵੀ ਡਾਕਟਰਾਂ ਨੂੰ ਮੇਰੀ ਬਿਮਾਰੀ ਦੀ ਕੋਈ ਸਮਝ ਨਹੀਂ ਆਈ ਜਿਹਨਾਂ ਨੇ ਮੈਨੂੰ ਅੱਗੇ ਹਸਪੀਟਲ ਭੇਜ ਦਿੱਤਾ ਖੈਰ ਕਹਿੰਦੀ ਅਸੀਂ ਉਹਨਾਂ ਦੇ ਦੱਸੇ ਹੋਏ ਤੇ ਕਹਿੰਦੀ ਅਗਲੇ ਹਸਪੀਟਲ ਚਲ ਗਏ ਉੱਥੇ ਕਹਿੰਦੀ ਉਹਨਾਂ ਨੇ ਦੁਬਾਰਾ ਫਿਰ ਮੇਰੇ ਟੈਸਟ ਜਾਦੀ ਟੈਸਟ ਲੈ ਤੇ ਉਹਨਾਂ ਨੇ ਕਹਿੰਦੀ ਟੈਸਟ ਲੈਂਣ ਤੋਂ ਬਾਅਦ ਕਹਿੰਦੀ ਵੀ ਸਾਨੂੰ ਇਹ ਦੱਸਿਆ ਵੀ ਜਿਹੜੀ ਤੇਰੀ ਹੈ ਨਾ ਸਾਹ ਵਾਲੀ ਨਾਲੀ ਹੈਗੀ ਆ ਬਾਕੀ ਤਾਂ ਤਕਰੀਬਨ ਠੀਕ ਹੈ ਪਰ ਜਿਹੜੀ ਤੇਰੀ ਹੈ ਨਾ ਭੋਜਨ ਵਾਲੀ ਨਾੜੀ ਆ ਉਹ ਜਿਹੜੀ ਭੋਜਨ ਵਾਲੀ ਜਿਹੜੀ ਨਾੜੀ ਹੈ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਪਚੇ ਦਾ ਮੁਸ਼ਕਲ ਬਣ ਗਈ ਹੈਗੀ ਆ ਇਸ ਕਰਕੇ ਇਹ ਜਿਹੜੀ ਭੋਜਨ ਵਾਲੀ ਨਾੜੀ ਆ ਹਨ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਤੇ ਯਾਬ ਜਿਹੜੇ ਬਣ ਗਏ ਆ ਜਿਹਦੇ ਕਰਕੇ ਨਾੜੀ ਤੇੜੀ ਜਿਹੜੀ ਅੰਦਰੋਂ ਹਨਾ ਉਹ ਪੂਰੀ ਤਰ੍ਹਾਂ ਗੜ ਛੜ ਗਈ ਹੈਗੀ ਆ ਇਸ ਕਰਕੇ ਤੈਨੂੰ ਹੁਣ ਭੋਜਨ ਜਿਹੜਾ ਹਨਾ ਖਾਣ ਦੇ ਵਿੱਚ ਤਕਲੀਫ ਆ ਰਹੀ ਆ ਹੁਣ ਇਹ ਜਿਹੜੀ ਨਾੜੀ ਹੈਗੀ ਉਹ ਭੋਜਨ ਦੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਡੈਮੇਜ ਹੋ ਚੁੱਕੀ ਹੈ ਇਸ ਕਰਕੇ ਤੇਰੀ ਭੋਜਨ ਵਾਲੀ ਨਾੜੀ ਨੂੰ ਪਰਸ਼ਨ ਕਰਕੇ ਬਾਹਰ ਕੱਢਣਾ ਪਊਗਾ ਤੇ ਹੁਣ ਜੋ ਵੀ ਤੂੰ ਚੂ ਚੀਜ਼ ਖਾਣੀ ਹਨਾ ਰੋਟੀ ਨਹੀਂ ਖਾ ਸਕਦੀ ਕੋਈ ਸੋਲਿਡ ਚੀਜ਼ ਨਹੀਂ ਖਾ ਸਕਦੀ ਤੈਨੂੰ ਲੀਕੜ ਚੀਜ਼ ਖਾਣੀ ਪਊਗੀ ਇਹ ਲਿਕੜ ਚੀ ਜਿਹੜੀ ਆ ਇਹ ਹੀ ਤੈਨੂੰ ਜਿਹੜੀ ਆ ਉਹ ਜਿੰਦਾ ਰੱਖ ਸਕਦੀ ਆ ਤੇ ਭੋਜਨ ਵਾਲੀ ਨਾੜੀ ਕੱਢਾਂਗੇ ਤੇ ਫਿਰ ਜਿਹੜੀ ਦੂਸਰੀ ਨਾੜੀ ਨਹੀਂ ਤੈਨੂੰ ਲਿਕੜ ਚੀ ਜਿਹੜੀ ਉਹ ਦਿੱਤੀ ਜਾਊਗੀ ਕਹਿੰਦੀ ਜਦੋਂ ਡਾਕਟਰਾਂ ਨੇ ਹਨਾ ਆਪਣੀ ਡਾਕਟਰੀ ਵਿਦਿਆ ਨਾਲ ਕਹਿੰਦੀ ਮੈਨੂੰ ਦੱਸਿਆ ਉਸ ਤੋਂ ਬਾਅਦ ਕਹਿੰਦੀ ਡਾਕਟਰ ਨੇ ਕਿਹਾ ਹੈਗਾ ਵੀ ਇਸ ਪਰਸ਼ੰਦੇ ਦੌਰਾਨ ਇੰਨਾ ਜਿਹੜਾ ਹੈਗਾ ਉਹ ਪੈਸਾ ਖਰਚ ਆਊਗਾ ਤੇ ਤੁਹਾਡੀ ਭੋਜਨ ਵਾਲੀ ਜਿਹੜੀ ਨਾੜੀ ਹੈਗੀ ਆ ਉਹ ਕੱਢ ਕੇ ਤੇ ਤਾਡੂ ਜਿਹੜਾ ਲੀਕਡ ਪੁੱਜ ਦਿੱਤਾ ਜਾਊਗਾ ਇਸ ਕਰਕੇ ਤੁਸੀ ਨੇ ਘਰ ਦੇ ਵਿੱਚ ਸਲਾਹ ਕਰ ਲਾ ਉਹ ਬੀਬੀ ਕਹਿਣ ਲੱਗੀ ਸੀ ਘਰ ਆ ਗਏ ਪਰ ਮੇਰਾ ਮਨ ਬੜਾ ਪਰੇਸ਼ਾਨ ਹੈ ਵੀ ਚੰਗੀ ਮੁਸੀਬਤ ਚ ਫਸ ਗਿਆ ਹੈ ਖੜੇ ਪੈਰੀ ਦੁੱਖ ਆ ਗਿਆ ਹੈ ਖੈਰ ਉਹ ਬੀਬੀ ਕਹਿਣ ਲੱਗੀ ਮੈਂ ਆਪਣੇ ਲੜਕੇ ਨੂੰ ਆਖਿਆ ਮੈਂ ਉਹਨੂੰ ਆਖਿਆ ਵੀ ਮੈਂ ਹਨਾ ਪ੍ਰੈਸ਼ਰ ਨਹੀਂ ਕਰਾਉਣਾ ਜਦ ਇੰਨੀ ਗੱਲ ਹੋਈ ਤੇ ਲੜਕਾ ਮੇਰਾ ਕਹਿਣ ਲੱਗਾ ਵੀ ਜੇ ਪ੍ਰੈਸ਼ਰ ਨਾ ਕਰਾਵਾਂਗੇ ਤੇ ਫਿਰ ਇਹ ਸਾਰੀ ਜ਼ਿੰਦਗੀ ਜਿਹੜੀ ਆ ਬਾਕੀ ਰਹਿਦੀ ਉਮਰ ਆ ਉਹ ਕਿਵੇਂ ਕੱਟੀ ਜਾਊਗੀ ਤੋ ਬੀਬੀ ਕਹਿੰਦੀ ਕਿ ਮੈਨੂੰ ਹਨ ਬਾਬਾ ਦੀਪ ਸਿੰਘ ਜੀ ਦੇ ਬੜਾ ਵਿਸ਼ਵਾਸ ਗਾਦਾਰ ਤੇ ਕਿਉਂਕਿ ਮੈਂ ਸ਼ੁਰੂ ਤੋਂ ਬਾਬਾ ਦੀਪ ਸਿੰਘ ਜੀ ਦੇ ਉੱਤੇ ਬੜੀ ਸ਼ਰਧਾ ਰੱਖਦੀ ਸੀ ਕਹਿੰਦੀ ਮੈਂ ਆਖਿਆ ਮੈਂ ਕਹਾਂ ਵੀ ਮੈਨੂੰ ਹਨ ਬਾਬਾ ਦੀਪ ਸਿੰਘ ਜੀ ਤੇ ਬੜਾ ਯਕੀਨ ਆ ਤੇ ਬਾਬਾ ਦੀਪ ਸਿੰਘ ਜੀ ਮਰਤੇ ਜ਼ਰੂਰ ਕਿਰਪਾ ਕਰਨਗੇ ਕਹਿੰਦੀ ਇਹ ਇੰਨਾ ਮੈਨੂੰ ਪਤਾ ਹੈਗਾ ਇਸ ਕਰਕੇ ਕਹਿੰਦੀ ਵੀ ਮੈਂ ਹਨ ਪ੍ਰਸ਼ਨ ਨਹੀਂ ਕਰੂਣਾ ਤੂੰ ਇਸ ਤਰ੍ਹਾਂ ਕਰਿਆ ਕਰ ਮੈਨੂੰ ਹਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸਵੇਰੇ ਛੱਡਿਆ ਕਰ ਸ਼ਾਮ ਨੂੰ ਲਿਆ ਕਰ ਤੇ ਮੈਂ ਉੱਥੇ ਹਨ ਸੇਵਾ ਕਰੂੰਗੀ ਤੂੰ ਉੱਥੇ ਕਹਿੰਦੀ ਆਪਣੀ ਕਿਰਪਾ ਹੋ ਜਾਣੀ ਕਹਿੰਦੀ ਇੰਨੀ ਗੱਲ ਹੋਈ ਤੇ ਕਹਿੰਦੀ ਲੜਕਾ ਮੇਰਾ ਮੈਨੂੰ ਕਹਿਣ ਲੱਗਾ ਵੀ ਜੇ ਇਸ ਤਰ੍ਹਾਂ ਆਰਾਮ ਹੋਣ ਲੱਗੇ ਤੇ ਫਿਰ ਤਾਂ ਸਾਰੇ ਹਸਪੀਟਲ ਤੇ ਡਾਕਟਰਾਂ ਨੂੰ ਇਹ ਸਾਰੇ ਕੰਮ ਕਰਨ ਕਰਨ ਦੀ ਕੀ ਲੋੜ ਜੇ ਬਾਬੇ ਦੇ ਦਰ ਕਿਤੇ ਜਾ ਕੇ ਹੀ ਤੈਨੂੰ ਆਰਾਮ ਮਿਲਣਾ ਹੈਗਾ ਕਹਿੰਦੀ ਜਦੋਂ ਲੜਕੇ ਨੇ ਮੈਨੂੰ ਇਸ ਤਰ੍ਹਾਂ ਬੰਗ ਜਾਂ ਮਾਰਿਆ ਕਹਿੰਦੀ ਮੈਂ ਚੁੱਪ ਰਹੀ ਪਰ ਮਨ 'ਚ ਆ ਮੇਰੇ ਮਨ 'ਚ ਇਹ ਆਇਆ ਵੀ ਤਨਤਨ ਬਾਬਾ ਦੀਪ ਸਿੰਘ ਜੀ ਅਗਰ ਤੁਸੀਂ ਸੱਚੇ ਸੁੱਚੇ ਆ ਨਾ ਤੇ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੇਰੀ ਬਿਮਾਰੀ ਨੂੰ ਦੂਰ ਕਰੋ ਤੇ ਜੋ ਮੇਰੇ ਬੱਚੇ ਦਾ ਤਰਕ ਹੋ ਹਨ ਇਸ ਤਰਕ ਨੂੰ ਵੀ ਦੂਰ ਕਰੋ ਕਹਿੰਦੀ ਇਹ ਮੇਰੇ ਮਨ ਦੇ ਵਿੱਚ ਹਨ ਬੜਾ ਜਿਹੜਾ ਸਗਾ ਜੋਸ਼ ਜਿਹਾ ਮਨ ਦੇ ਆਇਆ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਰਜੋਈ ਕੀਤੀ ਉਸ ਤੋਂ ਬਾਅਦ ਕਹਿੰਦੀ ਮੈਂ ਆਪਣੇ ਲੜਕੇ ਨੂੰ ਮਨਾ ਲਿਆ ਤੇ ਇਹ ਤੇ ਕਹਿੰਦੀ ਮੇਰਾ ਬੱਚਾ ਕਹਿਣ ਲੱਗਾ ਕਿ ਅਗਰ ਬਿਮਾਰੀਾਂ ਵੱਧ ਗਈ ਤਾਂ ਫਿਰ ਭਾਈ ਮੈਨੂੰ ਹੋਰ ਕਿਸੇ ਬਿਫਤਾ 'ਚ ਨਾ ਪਾ ਦੇ ਕਹਿੰਦੀ ਮੈਂ ਕਿਹਾ ਨਹੀਂ ਮੈਂ ਤੈਨੂੰ ਬਿਫਤਾ 'ਚ ਨਹੀਂ ਪਾਉਂਦੀ ਮੇਰਾ ਇੱਕ ਯਕੀਨ ਆ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸਭ ਦੀਆਂ ਝੋਲੀਆਂ ਭਰਦੀਆਂ ਤੇ ਮੇਰੀ ਝੋਲੀ ਵੀ ਜ਼ਰੂਰ ਭਰੂਗੇ ਗੱਲ ਕੀ ਕਹਿੰਦੀ ਮੇਰਾ ਲੜਕਾ ਜਿਹੜਾ ਸੀਗਾ ਉਹ ਖੈਰ ਕਹਿੰਦੀ ਮੰਨ ਗਿਆ ਤੇ ਮੈਨੂੰ ਕਹਿਣ ਲੱਗਾ ਚੱਲ ਠੀਕ ਹੈ ਮੈਂ ਤੈਨੂੰ ਸਵੇਰੇ ਛੱਡਿਆ ਕਰੂੰਗਾ ਸ਼ਾਮ ਨੂੰ ਲਿਆ ਕਰੂੰ ਕਿੰਨੀ ਮੈਂ ਸਵੇਰੇ ਹੈਨਾ ਬਾਬਾ ਦੀਪ ਸਿੰਘ ਦੇ ਦਰ ਤੇ ਜਾਣਾ ਉੱਥੇ ਜਾ ਕੇ ਕਹਿੰਦੀ ਮੱਥਾ ਟੇਕੇ ਫੇਰ ਮੈਂ ਝਾੜੂ ਫੇਰਨਾ ਫੇ ਮਾੜੇ ਮੋٹے ਬਰਤਨ ਸਾਫ਼ ਕਰਨੇ ਕੋਈ ਨਾ ਕੋਈ ਸੇਵਾ ਦਾਲ ਸਬਜ਼ੀ ਕਹਿੰਦੀ ਮੈਂ ਉੱਥੇ ਕੱਟਣੀ ਇਸ ਤਰ੍ਹਾਂ ਕਹਿੰਦੀ ਮੈਂ ਸੇਵਾ ਕਰਦੀ ਰਹਿਣਾ ਤੇ ਮਨ ਚ ਅਰਜੋਈਆਂ ਕਰਦੀ ਰਹਿਣਾ ਕਿ ਬਾਬਾ ਦੀਪ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਆ ਜਿਹੜੀ ਵਿਫਤਾ ਮੇਰੀ ਆ ਗਈ ਹੈ ਨਾ ਇਹ ਵਿਫਤਾ ਕਿਸ ਤਰ੍ਹਾਂ ਟਲ ਜਾਵੇ ਕਹਿੰਦੀ ਕਰਦੀ ਕਰਦੀ ਇਸ ਤਰ੍ਹਾਂ ਜਿਹੜਾ ਸੀ ਸਮਾਂ ਲੰਘਣ ਲੱਗਾ ਸਮਾਂ ਲੰਘਣ ਲੱਗਾ ਤੇ ਕਹਿੰਦੀ ਵੀ ਇੱਕ ਦਿਨ ਕੀ ਹੋ ਦੋ ਢਾਈ ਮਹੀਨੇ ਜਿਹੜੇ ਸੀ ਉਹ ਗੁਜ਼ਰ ਗਏ ਜਦ ਦੋ ਢਾਈ ਮਹੀਨੇ ਗੁਜ਼ਰੇ ਕਹਿੰਦੀ ਵੀ ਇਸ ਦੌਰਾਨ ਮੈਂ ਕੀ ਕਰਦੀ ਸੀ ਦੋ ਢਾਈ ਮਹੀਨਿਆਂ ਦੇ ਵਿੱਚ ਘਰੋਂ ਸਵੇਰੇ ਕਹਿੰਦੀ ਵੀ ਮੈਂ ਖਿਚੜੀ ਬਣਾ ਕੇ ਲਿਆਉਂਦੀ ਹੁੰਦੀ ਸੀ ਉਹ ਖਿਚੜੀ ਜਿਹੜੀ ਸੀ ਆਪਣੇ ਡੋਲੂ ਚ ਜਿਹੜੀ ਲਿਆਉਣੀ ਤੇ ਲਿਆ ਕੇ ਹਨਾ ਕਹਿੰਦੀ ਮੈਂ ਇੱਥੇ ਹਨਾ ਜਦੋਂ ਨੂੰ ਭੁੱਖ ਲੱਗਣੀ ਮੈਂ ਖਿਚੜੀ ਖਾਣੀ ਖਿਚੜੀ ਖਾਣੇ ਤੇ ਇਸ ਤਰ੍ਹਾਂ ਕਹਿੰਦੀ ਮੈਂ ਲੰਗਰ ਦਾ ਪ੍ਰਸ਼ਾਦ ਦਾ ਛੱਕ ਨਹੀਂ ਸਕਦੀ ਕਿਉਂਕਿ ਮੈਨੂੰ ਜਿਹੜਾ ਸਗਾ ਡਾਕਟਰ ਨੇ ਮਨਾ ਕੀਤਾ ਸਗਾ ਕਿ ਅਗਰ ਤੂੰ ਲੰਗਰ ਦੀ ਬੁਰਕੀ ਵੀ ਮੋਝ ਪਾਉਂਗੀ ਤੇ ਤੇਰੇ ਜਿਹੜੀ ਮੁਸ਼ਕਲ ਜ਼ਿਆਦਾ ਵੱਧ ਜਾਊਗੀ ਇਸ ਕਰਕੇ ਕਹਿੰਦੀ ਮੈਂ ਡਰਦੀ ਹਾਂ ਖਿਚੜੀ ਖਾਂਦੀ ਹੁੰਦੀ ਸੀ ਤੇ ਖਿਚੜੀ ਜਿਹੜੀ ਲਿਕਡ ਸੀਗੀ ਤੇ ਕਹਿੰਦੀ ਵੀ ਇਹ ਚੀਜ਼ ਜਿਹੜੀ ਸੀ ਮੈਨੂੰ ਪਚ ਜਾਂਦੀ ਸੀ ਇੱਕ ਦਿਨ ਕਹਿੰਦੀ ਇਸ ਤਰ੍ਹਾਂ 2.5 ਮਹੀਨੇ ਬਾਅਦ ਮੈਂ ਸੇਵਾ ਕਰਦੀ ਜਦ ਦੁਪਹਿਰ ਨੂੰ ਬੈਠੀ ਜਦੋਂ ਕਹਿੰਦੀ ਮੈਂ ਡੋਲਾ ਖੋਲ ਕੇ ਖਿਚੜੀ ਖਾਣ ਲੱਗੀ ਕੁਦਰਤੀ ਇੱਕ ਨੰਘ ਸਿੰਘ ਜਿਹੜਾ ਪ੍ਰਸ਼ਾਦਿਆਂ ਦੀ ਸੇਵਾ ਕਹਿੰਦੀ ਮੈਨੂੰ ਆ ਕੇ ਕਹਿਣ ਲੱਗਾ ਕਿ ਮਾਤਾ ਮੈਨੂੰ 2 2.5 ਮਹੀਨੇ ਹੋ ਗਏ ਤੈਨੂੰ ਦੇਖਦੇ ਨੂੰ ਤੂੰ ਕਦੀ ਪ੍ਰਸ਼ਾਦਾ ਨਹੀਂ ਸ਼ੱਕਦੀ। ਆ ਘਰੋਂ ਬਣਾ ਕੇ ਕੀ ਲੈ ਆਉਣੀ ਐ ਵੀ ਤੂੰ ਇੱਥੇ ਆ ਕੇ ਖਾਣੀ ਆ। ਤੂੰ ਪ੍ਰਸ਼ਾਦਾ ਸ਼ੱਕਿਆ ਕਰ। ਕਹਿੰਦੀ ਮੈਂ ਉਹਨੂੰ ਆਖਿਆ ਮੈਂ ਕਿਹਾ ਵੀ ਨਹੀਂ ਪ੍ਰਸ਼ਾਦਾ ਤਾਂ ਮੈਂ ਸ਼ੱਕਣਾ ਚਾਹੁੰਦੀ ਪਰ ਮੈਂ ਸ਼ੱਕ ਨਹੀਂ ਸਕਦੇ। ਕਹਿੰਦੀ ਨੰਗ ਸਿੰਘ ਮੈਨੂੰ ਪੁੱਛਣ ਲੱਗਾ ਕੀ ਗੱਲ ਹੋਈ? ਕਹਿੰਦੀ ਮੈਂ ਸਾਰੀ ਗੱਲ ਉਹਨੂੰ ਦੱਸ ਦਿੱਤੀ। ਵੀ ਜਿਹੜੀ ਮੇਰੀ ਭੋਜਲ ਬਾੜੀ ਨਾੜੀ ਆ ਨਾ ਵੀ ਉਹ ਡੈਮੇਜ ਹੋ ਚੁੱਕੀ ਹੈਗੀ। ਇਸ ਕਰਕੇ ਮੈਂ ਭੋਜਨ ਖਾ ਨਹੀਂ ਸਕਦੀ ਕੋ ਬੁਰਕੀ ਵੀ ਮੂੰਹ ਚ ਪਾਉਂਗੀ ਤੇ ਮੈਨੂੰ ਬਹੁਤ ਭਾਰੀ ਪ੍ਰੋਬਲਮ ਆ ਸਕਦੀ ਆ ਤੇ ਡਾਕਟਰ ਨੇ ਮੈਨੂੰ ਅਖ ਦਿੱਤਾ ਹੈਗਾ ਵੀ ਤੇਰੀ ਇਹ ਜਿਹੜੀ ਨਾੜ ਹੈ ਭੋਜਨ ਵਾਲੀ ਨਾਲ ਹੀ ਇਹ ਕੱਢਣੀ ਪੈਣੀ ਆ ਤੇ ਤੈਨੂੰ ਸਾਰੀ ਉਮਰ ਜਿਹੜੀ ਲਿਕਵਿਡ ਖਰਾਕ ਦੇ ਉੱਤੇ ਤੈਨੂੰ ਰਹਿਣਾ ਪੈਣਾ ਹੈਗਾ ਤੇ ਉਹ ਲਿਕਵਿਡ ਖਰਾਕ ਜਿਹੜੀ ਹੈ ਉਹ ਹੀ ਤੇਰਾ ਕੰਮ ਕਰ ਸਕਦੀ ਆ ਕਿੰਨੀ ਜਦੋਂ ਮੈਂ ਇਸ ਤਰ੍ਹਾਂ ਸਾਰੀ ਗੱਲ ਦੱਸੀ ਨੰਗ ਸਿੰਘ ਹੁਣਾਂ ਨੂੰ ਕਹਿੰਦੇ ਮੇਰੇ ਨਾਲ ਦੇਖ ਕੇ ਕਹਿਣ ਲੱਗੇ ਬੀਬਾ ਇਹ ਜਿਹੜਾ ਹੈ ਨਾ ਗੁਰੂ ਦਾ ਲੰਗਰ ਹੈਗਾ ਬਾਬੇ ਨਾਨਕ ਦਾ ਲੰਗਰ ਇਹ ਤਾਂ ਹਜ਼ਾਰਾਂ ਬਿਮਾਰੀਆਂ ਨੂੰ ਦੂਰ ਕਰਦਾ ਹੈਗਾ ਤੂੰ ਇਹ ਲੰਗਰ ਤੋਂ ਦੂਰ ਨਾ ਪੱਜ ਤੂੰ ਭੋਜਨ ਜ਼ਰੂਰ ਛੱਕ ਭੋਜਨ ਛਕੂਗੀ ਤੇਰਾ ਸਭ ਕੁਝ ਸਹੀ ਹੋ ਜਾਊਗਾ ਕਹਿੰਦੀ ਮੈਂ ਉਹਨੂੰ ਆਖਿਆ ਵੀ ਹਾਂ ਮੈਂ ਜਾਣਦੀ ਆ ਕਿ ਬਾਬੇ ਨਾਨਕ ਦਾ ਲੰਗਰ ਲੱਖਾਂ ਬਿਮਾਰੀਆਂ ਦੂਰ ਕਰਦਾ ਹੈਗਾ ਪਰ ਮੇਰੀ ਪ੍ਰੋਬਲਮ ਇਦਾਂ ਦੀ ਹੈ ਕਿ ਮੈਂ ਬਰਕੀ ਮੂੰਹ ਚ ਨਹੀਂ ਪਾ ਸਕਦੀ ਕਿੰਦੀ ਜੇ ਤਾਂ ਇੰਨੀ ਗੱਲ ਹੋਈ ਤੇ ਕਿੰਦੀ ਨੰਗ ਸੈਂ ਕਹਿਣ ਲਗਾ ਕਹਿੰਦਾ ਮਾਤਾ ਮੈਨੂੰ ਲੱਗਦਾ ਹੈਗਾ ਵੀ ਤੈਨੂੰ ਇੰਨਾ ਚਿਰ ਸੇਵਾ ਕਰਦੀਨ ਹੋ ਗਿਆ ਅਜੇ ਵੀ ਤੈਨੂੰ ਬਾਬਾ ਦੀਪ ਸਿੰਘ ਜੀ ਦੇ ਉੱਤੇ ਸ਼ਰਧਾ ਨਹੀਂ ਯਕੀਨ ਨਹੀਂ ਹੈ ਕਿ ਉਹ ਤੇਰੀਆਂ ਬਿਮਾਰੀਆਂ ਦੂਰ ਕਰ ਸਕਦੇ ਆ ਕਹਿੰਦੀ ਮੈਂ ਉਹਨੂੰ ਆਖਿਆ ਕਿ ਮੈਨੂੰ ਸ਼ਰਧਾ ਯਕੀਨ ਤਾਂ ਹੈਗੀ ਆ ਪਰ ਮੈਨੂੰ ਡਰਨ ਲੱਗਦਾ ਹੈਗਾ ਕਿ ਅਗਰ ਮੈਂ ਇਸ ਤਰ੍ਹਾਂ ਕੋਈ ਭੋਜਨ ਸ਼ਗਲਿਆ ਤੇ ਹੋ ਸਕਦਾ ਹੈ ਮੈਂ ਕਿਸੇ ਮੁਸ਼ਕਲ ਦੇ ਵਿੱਚ ਨਾ ਆ ਜਾਮਾਂ ਕਿਉਂਕਿ ਜੇ ਮੈਂ ਮੁਸ਼ਕਲ ਚ ਆ ਗਈ ਹੁਣ ਲੜਕਾ ਮੇਰਾ ਜਿਹੜਾ ਹੈਗਾ ਉਹ ਮੈਨੂੰ ਸਵੇਰੇ ਛੱਡਿਉਂਦਾ ਇੱਥੇ ਗੁਰਦਾਰੇ ਸਾਹਿਬ ਸ਼ਾਮ ਕਿ ਤੇ ਭੜਕੇ ਮੈਨੂੰ ਇਹ ਨਾ ਕਹੇ ਕਿ ਤੂੰ ਉੱਥੇ ਆਪਣੀ ਮਰਜ਼ੀ ਕੀਤੀ ਹੈਗੀ ਆ ਤੇ ਮੈਨੂੰ ਦੁਬਾਰਾ ਮੁਸੀਬਤ ਵਿੱਚ ਫਸਾਤਾ ਹੈਗਾ ਕਹਿੰਦੀ ਇਸ ਕਰਕੇ ਮੈਂ ਡਰਦੀ ਪਰਛਾਦਾ ਨਹੀਂ ਸਕਦੀ ਜਦ ਕਿ ਨਹੀਂ ਮੈਂ ਨਹਾਂਗ ਸਿੰਘ ਜੀ ਨੂੰ ਇਹ ਜਵਾਬ ਦਿੱਤਾ ਤੇ ਕਹਿੰਦੀ ਨਹਾਂਗ ਸਿੰਘ ਜੀ ਮੈਨੂੰ ਕਹਿਣ ਲੱਗੇ ਮਾਤਾ ਡਰਨ ਦੀ ਕਿਹੜੀ ਲੋੜ ਆ ਬਾਬਾ ਦੀਪ ਸਿੰਘ ਤਾਂ ਬੰਦੇ ਦਾ ਜਿਹੜਾ ਡਰਵਾ ਹਨਾ ਉਹ ਤਨੋਂ ਤੇ ਮਨੋਂ ਸਾਰਾ ਦੂਰ ਕਰ ਦੇ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੇ ਕਹਿੰਦੀ ਇਹ ਕਹਿ ਕੇ ਹਨਾ ਕਹਿੰਦੇ ਵੀ ਉਹਨੇ ਕਿ ਸੇਵਾ ਦਾ ਅਵਾਜ਼ ਮਾਰੀ ਉਹ ਕਹਿਣ ਲੱਗਾ ਕਿ ਜਾਓ ਪਹਿਲਾਂ ਮਾਤਾ ਜੀ ਨੂੰ ਹਨ ਇੱਕ ਪ੍ਰਸ਼ਾਦਾ ਛਕਾਉਣਾ ਹੀ ਆ ਜੋ ਮਰਜ਼ੀ ਹੋਵੇ ਕਹਿੰਦੀ ਉਹ ਨਹੀਂ ਕੁਛ ਦਾਣ ਪਾਤੀ ਇੱਕ ਪ੍ਰਸ਼ਾਦਾ ਰੱਖਤਾ ਉਹ ਬੀਬੀ ਕਹਿਣ ਲੱਗੀ ਕਿ ਮੈਂ ਮਨ ਦੇ ਵਿੱਚ ਸੋਚਾਂ ਵੀ ਹੁਣ ਨਹੰਗ ਸਿੰਘ ਜਿਹੜਾ ਹੈਗਾ ਉਹ ਕਹਿ ਰਿਹਾ ਪਰ ਤੂੰ ਪ੍ਰਸ਼ਾਦਾ ਛਕ ਕਹਿੰਦੀ ਮੈਂ ਕਿਹਾ ਵੀ ਮੈਂ ਹੁਣ ਇਹਨਾਂ ਦਾ ਕਿਹਾ ਵੀ ਨਹੀਂ ਮੋੜ ਸਕਦੀ ਹੁਣ ਕਰਾਂ ਤੇ ਕੀ ਨਾ ਕਰਾਂ ਕਹਿੰਦੀ ਮੈਂ ਡਰਦੀ ਡਰਦੀ ਮੈਂ ਕਿਹਾ ਚੱਲ ਠੀਕ ਆ ਅਗਰ ਤੁਸੀਂ ਕਹਿੰਦੇ ਆ ਤੇ ਮੈਂ ਫੇਰ ਕਹਿੰਦੀ ਤੁਹਾਡੇ ਪਰੋਸੇ ਛਕ ਲੈਂਦੀ ਆ ਉਹ ਬੀਬੀ ਕਹਿਣ ਲੱਗੀ ਹੈ ਨਾ ਵੀ ਮੈਂ ਇੱਕ ਬੁਰਕੀ ਜਦ ਮੂੰਹ ਦੇ ਵਿੱਚ ਪਾਈ ਕਹਿੰਦੀ ਵੀ ਥੋੜੀ ਜਿਹੀ ਬੁਰਕੀ ਪਾਈ ਹੈ ਨਾ ਥੋੜੀ ਜਿਹੀ ਮੈਨੂੰ ਘਬਰਾਹਟ ਜ਼ਰੂਰ ਹੋਈ ਆ ਬੁਰਕੀ ਖਾਣ ਦੇ ਨਾਲ ਕਹਿੰਦੀ ਮੈਂ ਚਿੱਤ-ਚਿੱਤ ਕੇ ਹਨਾ ਅੰਦਰ ਨਗਾਈ ਆ ਬੁਰਕੀ ਹੌਲੀ-ਹੌਲੀ ਕਹਿੰਦੀ ਵੀ ਜਿਹੜੀ ਸੀ ਘਬਰਾਹਟ ਜਿਹੜੀ ਅੰਦਰ ਹੋਈ ਥੋੜੀ ਜਿਹੀ ਮੁਸ਼ਕਲ ਹੋਈ ਸਾਹ ਦੇ ਵਿੱਚ ਵੀ ਕਹਿੰਦੀ ਥੋੜੀ ਜਿਹੀ ਮੈਨੂੰ ਜਿਹੜਾ ਸੀਗੇ ਉਹ ਮੁਸ਼ਕਲ ਪ੍ਰਤੀਤ ਹੋਈ ਫਰ ਕਹਿੰਦੀ ਵੀ ਮੈਂ ਬੁਰਕੀ ਅੰਦਰ ਨਗਾ ਲਈ ਉਸ ਤੋਂ ਬਾਅਦ ਕਹਿੰਦੀ ਫਿਰ ਮੈਂ ਦੂਜੀ ਬੁਰਕੀ ਖਾ ਲਈ ਇਸ ਸਰ ਕਹਿੰਦੀ ਮੈਂ ਚਿੱਤ-ਚਿੱਤ ਕੇ ਹੌਲੀ-ਹੌਲੀ ਕਹਿੰਦੀ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ ਕਰਦੇ ਕਰਦੇ ਕਹਿੰਦੀ ਵੀ ਮੈਂ ਦੇਖਿਆ ਵੀ ਮੇਰੀ ਜਿਹੜੀ ਮੁਸ਼ਕਲ ਪਹਿਲਾਂ ਸੀਗੀ ਬਾਅਦ ਦੇ ਵਿੱਚ ਇੰਨੀ ਤੱਕ ਮੈਨੂੰ ਮਹਿਸੂਸ ਨਹੀਂ ਹੋਈ ਹੌਲੀ ਹੌਲੀ ਕਹਿੰਦੀ ਮੈਂ ਇੱਕ ਪ੍ਰਸ਼ਾਦਾ ਪੂਰਾ ਛੱਕ ਗਏ ਤੇ ਉਤਬਾਦ ਆੜ ਪੀਲੇ ਕਹਿੰਦੀ ਜਦੋਂ ਦਾਲ ਤੇ ਪ੍ਰਸ਼ਾਦਾ ਪੂਰਾ ਮੈਂ ਛੱਕੀ ਤੇ ਕਹਿੰਦੀ ਨੰਘਸੰਗ ਕੋਲ ਮੇਰੇ ਖੜਾ ਰਿਹਾ ਤੇ ਮੇਰੇ ਵੱਲ ਦੇਖਦਾ ਰਿਹਾ ਜਦੋਂ ਮੈਂ ਪ੍ਰਸ਼ਾਦਾ ਛੱਕ ਗਏ ਤੇ ਕਹਿੰਦੀ ਉਹ ਕਹਿਣ ਲੱਗਾ ਲੈ ਬੀਬਾ ਦੱਸ ਕੀ ਹੋਇਆ ਤੈਨੂੰ ਅੱਬ ਬੜਾ ਸੋਹਣਾ ਤੂੰ ਪ੍ਰਸ਼ਾਦ ਅਚੱਕ ਗਏ ਦਾਲ ਵੀ ਪੀ ਗਈ ਆ ਕੁਛ ਨਹੀਂ ਹੁੰਦਾ ਤੈਨੂੰ ਇਹ ਬੱਬਾ ਦੀਪ ਸਿੰਘ ਜੀ ਦਾ ਧਰ ਹੈਗਾ ਇੱਥੇ ਤਾਂ ਵੱਡੇ ਵੱਡੇ ਰੋਗ ਆ ਕੇ ਜਿਹੜੇ ਹਨ ਉਹ ਦੂਰੋ ਹੀ ਭੱਜ ਜਾਂਦੇ ਆ ਹੁਣ ਤੂੰ ਸਹੀ ਆ ਤੂੰ ਰੋਜ਼ ਪ੍ਰਸ਼ਾਦਾ ਛਕਿਆ ਕਰ ਕਿੰਦੀ ਮਾਂ ਤੇ ਜੁੜੇ ਮੈਂ ਕਿਹਾ ਠੀਕ ਹੈ ਜੀ 7 ਵਜੇ ਉਸ ਤੋਂ ਬਾਅਦ ਬੀਬੀ ਕਿੰਦੀ ਮੈਂ ਘਰ ਆ ਗਈ ਘਰ ਆ ਕੇ ਕਿੰਦੀ ਮੈਂ ਸੋਚਾਂ ਵੀ ਕਿਸ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਪਰ ਕਿੰਦੀ ਵੀ ਘਰ ਜਿਹੜਾ ਸੀ ਬਿਲਕੁਲ ਠੀਕ ਠਾਕ ਰਹੇ ਕਹਿੰਦੀ ਫਿਰ ਮੈਂ ਆਪਣੇ ਹਨ ਲੜਕੇ ਨੂੰ ਅਗਲੇ ਦਿਨ ਦੱਸਿਆ ਕਿ ਮੈਂ ਹਨ ਕੱਲ ਇੱਕ ਪ੍ਰਸ਼ਾਦਾ ਸ਼ਕ ਲਿਆ ਹੈਗਾ ਤੇ ਕੱਲ ਦਾਲ ਵੀ ਪੀ ਲਈ ਆ ਕਹਿੰਦੀ ਇੰਨੀ ਗੱਲ ਹੋਈ ਤਾਂ ਲੜਕਾ ਮੇਰੇ ਨਾਲ ਦੇਖ ਕੇ ਕਹਿਣ ਲੱਗਾ ਲੈ ਤੈਨੂੰ ਡਾਕਟਰ ਨੇ ਮਨਾਂ ਕੀਤਾ ਸੀਗਾ ਤੂੰ ਪ੍ਰਸ਼ਾਦਾ ਵੀ ਸ਼ਕ ਲਿਆ ਹੈਗਾ ਦਾਲ ਵੀ ਪੀ ਲਈ ਆ ਤੇ ਜੇ ਹੁਣ ਕੋਈ ਮੁਸ਼ਕਲ ਹੋ ਗਈ ਤਾਂ ਫਿਰ ਕੌਣ ਜ਼ਿੰਮੇਵਾਰ ਹੈ ਕਹਿੰਦੀ ਮੈਂ ਉਹਨੂੰ ਆਖਿਆ ਮੈਂ ਕਿਹਾ ਕੋਈ ਮੁਸ਼ਕਲ ਨਹੀਂ ਹੁੰਦੀ ਅਗਰ ਮੁਸ਼ਕਲ ਹੋਣੀ ਸੀ ਤਾਂ ਉਸੇ ਟਾਈਮ ਹੋ ਜਣੀ ਸੀ ਹੁਣ ਤਾਂ ਪ੍ਰਸ਼ਾਦਾ ਸ਼ਕ ਇਹਨੂੰ ਵੀ ਜਿਹੜੀ ਰਾਤ ਗੁਜ਼ਰ ਗਈ ਆ ਦਿਨ ਚੜ ਗਿਆ ਹੈਗਾ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਤਿੰਨੇ ਉਹ ਲੜਕਾ ਜਿਹੜਾ ਸੀਗਾ ਮੇਰੀ ਗੱਲ ਸੁਣ ਕੇ ਫੇ ਚੁੱਪ ਕਰ ਗਿਆ ਕਹਿਣ ਲੱਗਾ ਹਾਂ ਹਾਂ ਇਹ ਤਾਂ ਗੱਲ ਤੇਰੀ ਠੀਕ ਆ ਵੇ ਇਨੇ ਘੰਟੇ ਹੋ ਗਏ ਪ੍ਰਸ਼ਾਦਾ ਛਕਣ ਨੂੰ ਤੇ ਕੋਈ ਮੁਸ਼ਕਲਤ ਆਈ ਨਹੀਂ ਖੈਰ ਕਹਿੰਦੀ ਲੜਕਾ ਮਰੇ ਚੁੱਪ ਕਰ ਗਿਆ ਮੈਂ ਉਹਨੂੰ ਕਿਹਾ ਮੈਂ ਕਹਾ ਚੱਲ ਮੈਨੂੰ ਦੁਬਾਰਾ ਉੱਥੇ ਛੱਡ ਕੇ ਆ ਤੇ ਕਹਿੰਦੀ ਲੜਕਾ ਕਹਿਣ ਲੱਗਾ ਤੂੰ ਆਪਣੀ ਖਿਜੜੀ ਬਣਾ ਲੈ ਕਹਿੰਦੀ ਮੈਂ ਘਰ ਕੋਈ ਗੱਲ ਨਹੀਂ ਹੁਣ ਖਿਜੜੀ ਦੀ ਲੋੜ ਨਹੀਂ ਹੈਗੀ ਅਗਰ ਮੈਨੂੰ ਮੈਨੂੰ ਭੁੱਖ ਲੱਗੂਗੀ ਮੈਂ ਦੇਖ ਲਵਾਂਗੀ ਖੈਰ ਕਹਿੰਦੀ ਲੜਕਾ ਜਿਹੜਾ ਸੀ ਨਾ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਗੋਦਵਾਰੇ ਛੱਡ ਇੱਕ ਪ੍ਰਸ਼ਾਦਾ ਸ਼ਗਲਿਆ ਦਾਲ ਪੀ ਲਈ ਫੇ ਕਹਿੰਦੀ ਕੋਈ ਮੁਸ਼ਕਲ ਨਹੀਂ ਹੋਈ ਕੋਈ ਤਕਲੀਫ ਨਹੀਂ ਹੋਈ ਬਿਲਕੁਲ ਨਾਰਮਲ ਹੋ ਗਿਆ ਕਹਿੰਦੀ ਕਰਦੇ ਕਰਦੇ ਫੇ ਅਸੀਂ ਘਰ ਆ ਗਏ ਫੇ ਕਹਿੰਨੀ ਮੈਂ ਘਰ ਆ ਗਏ ਹਨ ਉਸ ਤੋਂ ਬਾਅਦ ਫੇ ਆਪਣੇ ਲੜਕੇ ਨੂੰ ਆਖਿਆ ਮੈਂ ਕਿ ਇੱਕ ਵਾਰੀ ਦੁਬਾਰਾ ਟੈਸਟ ਕਰਾ ਕੇ ਦੇਖ ਲਈਏ ਲੜਕਾ ਕਹਿੰਦਾ ਕੀ ਗੱਲ ਹੋਈ ਬੀਬੇ ਕੋਈ ਤਕਲੀਫ ਹੈ ਕਿ ਨਹੀਂ ਮੈਂ ਕਹਿੰਦਾ ਤਕਲੀਫ ਕੋਈ ਨਹੀਂ ਪਰ ਇੱਕ ਵਾਰੀ ਅੰਦਰ ਵਹਿਮ ਨਿਕਲ ਜਾਊਗਾ ਜਿਹੜਾ ਡਾਕਟਰ ਨੇ ਕਿਹਾ ਹਨ ਬਈ ਤੇੜੀ ਜਿਹੜੀ ਭੋਜਨ ਵਾਲੀ ਨਾੜੀ ਕੱਢਣੀ ਪਊਗੀ ਪਰ ਹੁਣ ਤਾਂ ਮੈਨੂੰ ਕੋਈ ਤਕਲੀਫ ਨਹੀਂ ਮੈਂ ਤਾਂ ਰੋਜ਼ ਹੀ ਇੱਕ ਪ੍ਰਸ਼ਾਦਾ ਸ਼ਗਲਦੀਆਂ ਤੇ ਦਾਲ ਪੀ ਲੈਂਦੀ ਹਾਂ ਤੇ ਸਬਜੀ ਵੀ ਕਹਿੰਦੀ ਮੈਂ ਖਾਣ ਲੱਗ ਪਈਆ ਕਹਿੰਦੇ ਲੜਕਾ ਕਹਿਣ ਲੱਗਾ ਚੱਲ ਠੀਕ ਆ ਉਹ ਬੀਬੀ ਕਹਿਣ ਲੱਗੀ ਹੈਨਾ ਅਸੀਂ ਸਮਾਂ ਵਿਚਾਰ ਕੇ ਹਸਪੀਟਲ ਚਲੇ ਗਏ ਜਦ ਹਸਪੀਟਲ ਗਏ ਕਹਿੰਦੀ ਉੱਥੇ ਅਸੀਂ ਡਾਕਟਰ ਨੂੰ ਕਿਹਾ ਵੀ ਅਸੀਂ ਨਾ ਦੁਬਾਰਾ ਚੈੱਕ ਅਪ ਕਰਾਉਣਾ ਹੈਗਾ ਜਦ ਇੰਨੀ ਗੱਲ ਹੋਈ ਡਾਕਟਰ ਕਹਿਣ ਲੱਗੇ ਚਲੋ ਠੀਕ ਆ ਕਹਿੰਦੇ ਡਾਕਟਰ ਨੇ ਜਦੋਂ ਮੇਰੀ ਦੁਬਾਰਾ ਜਿਹੜੀਆਂ ਰਿਪੋਰਟਾਂ ਲਈਆਂ ਤੇ ਕਹਿੰਦੀ ਉਤੋਂ ਬਾਅਦ ਡਾਕਟਰ ਬੜੇ ਹੈਰਾਨ ਹੋਏ ਉਹ ਕਹਿਣ ਲੱਗੇ ਕਿ ਬੀਬਾ ਤੇਰੀ ਜਿਹੜੀ ਸਾਹ ਵਾਲੀ ਨਾੜੀ ਸੀ ਅਸੀਂ ਕੱਢਣੀ ਸੀਗੀ ਇਹ ਭੋਜਨ ਵਾਲੀ ਨਾੜੀ ਤੇ ਤੈਨੂੰ ਲਿਕਵਿਡ ਖ ਪਰ ਤੇਰੀ ਇਹ ਜਿਹੜੀ ਭੋਜਨ ਵਾਲੀ ਨਾੜੀ ਆ ਇਹ ਤਾਂ ਹੁਣ ਬਿਲਕੁਲ ਸਹੀ ਹੋ ਗਈ ਆ ਇਹ ਬਿਲਕੁਲ ਸਾਫ਼ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਭੋਜਨ ਕੋਈ ਜ਼ਹਿਰ ਨਹੀਂ ਹੈਗਾ ਤੇ ਇਸ ਤਰ੍ਹਾਂ ਦਾ ਕੋਈ ਲੀਕਟ ਨਹੀਂ ਆ ਇਹ ਤਾਂ ਬਿਲਕੁਲ ਸਾਫ਼ ਦਿਖਾਈ ਦੇ ਰਹੀ ਆ ਤੇ ਕਿੰਨੀ ਫਿਰ ਡਾਕਟਰ ਨੂੰ ਕਹਿਣ ਲੱਗਾ ਕਿ ਵੀ ਬੇ ਦੱਸ ਤਾਂ ਦਵਾਈ ਕਿੱਥੋਂ ਖਾਦੀ ਆ ਜਿਹੜੀ ਤੇਰੀ ਨਾੜ ਬਿਲਕੁਲ ਸਾਫ਼ ਹੋ ਗਈ ਆ ਕਿੰਨੀ ਜਦੋਂ ਇੰਨੀ ਗੱਲ ਹੋਈ ਤਾਂ ਕਿੰਨੀ ਵੀ ਮੈਂ ਡਾਕਟਰ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਕਿੱਥੋਂ ਦਵਾਈ ਨਹੀਂ ਖਾਦੀ ਤੇ ਕਹਿੰਦੀ ਡਾਕਟਰ ਹਰਾਨ ਹੋ ਗਿਆ ਫਿਰ ਕਿੰਨਾ ਵੀ ਆਏ ਆਪਣੇ ਆਪ ਕਿਵੇਂ ਸਹੀ ਹੋ ਸਕਦੇ ਫਿਰ ਉਹ ਵੀ ਬੀਬੀ ਕਰਨ ਲੱਗੇ ਕਿ ਮੈਂ ਸਾਰਾ ਕੁਝ ਫਿਰ ਡਾਕਟਰ ਨੂੰ ਦੱਸਿਆ ਕਿ ਮੈਂ ਇਸ ਤਰ੍ਹਾਂ ਕਰਕੇ ਹਨਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਨੀ ਆ ਤੇ ਉੱਥੇ ਸੇਵਾ ਕਰਦੀ ਆ ਤੇ ਉਹਨਾਂ ਦੀ ਮਿਹਰ ਮਿਹਰ ਤੇ ਹੋ ਗਈ ਆ ਜਦ ਇੰਨੀ ਗੱਲ ਹੋਈ ਤੇ ਕਹਿੰਦੀ ਡਾਕਟਰ ਜਿਹੜਾ ਸੀ ਚੁੱਪ ਕਰ ਗਿਆ ਤੇ ਕਹਿੰਦੀ ਉਸ ਡਾਕਟਰ ਦੀ ਆ ਅੱਖਾਂ ਦੇ ਵਿੱਚ ਕਹਿੰਦੀ ਪਾਣੀ ਆ ਗਿਆ ਉਹ ਕਹਿਣ ਲੱਗਾ ਕਿ ਜਿਸ ਘਰ ਦੇ ਵਿੱਚ ਜਿਸ ਦਰ ਦੇ ਵਿੱਚ ਐਡੀ ਵੱਡੀ ਬਖਸ਼ਿਸ਼ ਹੋ ਸਕਦੀ ਆ ਜਿਸ ਘਰ ਦੇ ਵਿੱਚ ਐਡੀ ਵੱਡੀ ਜਿਹੜੀ ਬਿਮਾਰੀ ਆ ਤੇਰੇ ਭਰੋਸੇ ਦੇ ਸਦਕੇ ਜਿਹੜੀ ਉਹ ਬਿਲਕੁਲ ਸਹੀ ਹੋ ਸਕਦੀ ਆ ਉਹ ਦਰ ਘਰ ਤਾਂ ਕਹਿੰਦੀ ਵੀ ਸਭ ਤੋਂ ਵੱਡਾ ਹੈਗਾ ਤੇ ਕਹਿੰਦੀ ਜਿਹੜੀ ਵਿਦਿਆ ਡਾਕਟਰ ਕਹਿਣ ਲੱਗਾ ਸਾਡੇ ਕੋਲ ਨਹੀਂ ਆ ਜਿਹੜਾ ਇਲਾਜ ਅਸੀਂ ਦਵਾਈਆਂ ਨਾਲ ਆਪਣੀ ਡਾਕਟਰੀ ਵਿਦਿਆ ਨਾਲ ਨਹੀਂ ਕਰ ਸਕਦੇ ਉਹ ਜਿਹੜਾ ਇਲਾਜ ਤੇ ਜਿਹੜਾ ਉਹਦਾ دارو ਹੈਗਾ ਉਹ ਕੇਵਲ ਤੇ ਕੇਵਲ ਬਾਬੇ ਨਾਲਿਕ ਦੇ ਕਰਦੇ ਵਿੱਚ ਆ ਬਸ ਲੋੜ ਆ ਜਿਵੇਂ ਉਸ ਮਾਈ ਦੀ ਸ਼ਰਦਾ ਤੇ ਭਰੋਸਾ ਬਾਬਾ ਦੀਪ ਸਿੰਘ ਦੇ ਦਰ ਤੇ ਬਣਿਆ ਇਸ ਤਰ੍ਹਾਂ ਦੀ ਅਗਰ ਸ਼ਰਦਾ ਤੇ ਭਰੋਸਾ ਹੋਵੇ ਤਾਂ ਫਿਰ ਭਾਈ ਜਿੰਨੇ ਵੀ ਦੁੱਖ ਦਰਦ ਜਿਹੜੇ ਆ ਹਨ ਉਹ ਦੂਰ ਹੋ ਜਾਂਦੇ ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੇ ਮਾਰੀ ਆਇਓ ਨਾਨਕੇ ਪ੍ਰਭ ਸਾਥ ਗੱਲ ਦਾ ਸਰਨਾਗਤ ਦੀ ਆ ਜਿਹੜੇ ਸ਼ਰਨ ਆ ਜਾਂਦੇ ਤੇ ਉਹਦੇ ਦੁੱਖਾਂ ਸੁੱਖਾਂ ਦੇ ਵਿੱਚ ਸਹਾਈ ਉਹਦਾ ਵਾਹਿਗੁਰੂ ਪਰਮਾਤਮਾ ਹੋ ਜਾਂਦਾ ਸੋ ਐਸੀ ਹੈ ਕਿਰਪਾ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਜਿਸ ਤੋਂ ਸਾਨੂੰ ਪਤਾ ਲੱਗਦਾ ਹੈਗਾ ਕਿ ਸਭ ਤੋਂ ਵੱਡਾ ਜਿਹੜਾ ਦਰਵ ਆ ਇਸ ਟਾਈਮ ਉਹ ਬਾਬਾ ਦੀਪ ਸਿੰਘ ਜੀ ਦਾ ਹੀ ਆ ਜਿਸ ਦਰ ਦੇ ਉਤੇ ਤੁਹਾਡੀ ਹਰ ਇੱਕ ਮੁਸ਼ਕਲ ਦਾ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਸਹਿਜ ਦੇ ਵਿੱਚ ਪ੍ਰਾਪਤ ਹੋ ਜਾਂਦਾ ਸੋ ਦਾਸ ਇਨਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕੋ ਆ ਜੀ ਹੁਣੇ ਬਿਆਤ ਬੋਲ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ